ਪੀਰਾਂ ਫੀਰਾਂ ਨੂੰ ਮੰਨਣ ਵਾਲੇ ਸਭ ਰੂਹਾਂ ਨੂੰ ਅਸਲਾਮ ਅਲੈਕੁਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ, ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਦੇ ਨਾਲ ਗੱਲ ਸਾਂਝੀ ਕਰਾਂਗਾ ਕਿ ਅਸੀਂ ਅਗਰ ਜ਼ਿੰਦਗੀ ਦੇ ਵਿੱਚ ਹੱਕ ਸੱਚ 'ਤੇ ਚੱਲਣਾ ਚਾਹੁੰਦੇ ਹਾਂ, ਸਾਡੀ ਹੱਕ ਸੱਚ ਦੀ ਬੰਦਗੀ ਹੋਵੇ, ਜ਼ਿਕਰ ਹੋਵੇ, ਅੱਲਾ ਪਾਕ ਦਾ ਮਾਲਕ ਦੀਆਂ ਰਹਿਮਤਾਂ ਲੈਣੀਆਂ ਚਾਹੁੰਦੇ ਨੇ, ਅਤੇ ਇਹ ਦੋ ਕਿਤਾਬਾਂ ਦੀ ਗੱਲ ਆਪ ਦੇ ਨਾਲ ਮੈਂ ਕਰਾਂਗਾ। ਇਹ ਦੋ ਕਿਤਾਬਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਕਿਹੜੀਆਂ ਦੋ ਕਿਤਾਬਾਂ ਨੇ, ਕੀ ਕਿਤਾਬਾਂ ਦੇ ਨਾਮ ਨੇ, ਕਿੱਥੋਂ ਆਪਾਂ ਨੂੰ ਮਿਲਣਗੀਆਂ, ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪਦੇ ਨਾਲ ਗੱਲ ਸਾਂਝੀ ਕਰਾਂਗਾ। ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਸੋ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਆਪਾਂ ਬਹੁਤ ਸਾਰਾ ਜਿਹੜਾ ਇਲਮ ਹੈ ਉਹ ਆਪਣੇ ਮੁਰਸ਼ਦ ਪਾਕ ਤੋਂ ਸਿੱਖਦੇ ਹਾਂ, ਬਹੁਤ ਸਾਰਾ ਆਪਾਂ ਪੜ੍ਹਦੇ ਹਾਂ, ਪਰ ਇੱਦਾਂ ਹੁੰਦਾ ਕਿ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸਾਨੂੰ ਪੜ੍ਹਨ ਦੇ ਨਾਲ ਨਾਲ ਇਲਮ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿੱਖਣ ਨੂੰ ਮਿਲਦੀਆਂ। ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲਣੀਆਂ, ਕਿੱਦਾਂ ਮਿਲਦੀਆਂ, ਸਾਨੂੰ ਕਿਤਾਬਾਂ ਦੇ ਵਿੱਚੋਂ ਕਾਫੀ ਕੁਛ ਮਿਲਦਾ, ਗਿਆਨ ਮਿਲਦਾ। ਪਰ ਇਹ ਦੋ ਕਿਤਾਬਾਂ ਨੇ, ਕਿਤਾਬਾਂ ਬਹੁਤ ਨੇ। ਇਸ਼ਕ ਅਤੇ ਰੂਹਾਨੀਅਤ ਲੈਣ ਦੇ ਲਈ ਜਿਹੜੀ ਕਿਤਾਬ ਆਪਾਂ ਕਹੀਏ ਉਹ ਇੱਕ ਆਪਾਂ ਹੁੰਦੀ ਹੈ ਕਿ ਬਾਬਾ ਬੁੱਲੇ ਸ਼ਾਹ ਜੀ ਦੀ ਜੀਵਨੀ ਪੜ੍ਹੀਏ ਅਤੇ ਉਹਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਖਵਾਜਾ ਗਰੀਬ ਨਵਾਜ ਅਜਮੇਰ ਸ਼ਰੀਫ ਵਾਲੀ ਸਰਕਾਰ, ਉਹਨਾਂ ਦੀ ਜੀਵਨੀ ਪੜ੍ਹੀ, ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਉਹਨਾਂ ਦੀਆਂ ਗਜ਼ਲਾਂ ਲਿਖੀਆਂ ਹੋਈਆਂ, ਬਹੁਤ ਕੁਝ ਉਹਨਾਂ ਦੇ ਵਿੱਚ ਸਾਨੂੰ ਰੂਹਾਨੀਅਤ ਮਿਲਦੀ, ਇਸ਼ਕ ਦੀਆਂ ਗੱਲਾਂ ਮਿਲਦੀਆਂ ਨੇ। ਪਰ ਦੋ ਕਿਤਾਬਾਂ ਜਿਹੜੀਆਂ ਨੇ, ਇੱਕ ਤਾਂ ਹੈ ਸੀਰਤ ਏ ਗੌਂਸੇ ਆਜ਼ਮ। ਸੀਰਤ ਏ ਗੌਂਸੇ ਆਜ਼ਮ ਕਿਤਾਬ ਦੇ ਵਿੱਚੋਂ ਸਰਕਾਰ ਜੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ, ਸਰਕਾਰ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ, ਕਿਸ ਕਿਸ ਸਮੇਂ ਦੇ ਉੱਪਰ ਉਹਨਾਂ ਨੂੰ ਫੈਜ਼ ਹਾਸਲ ਹੋਇਆ, ਉਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਚੁੱਪ ਚੁੱਪ ਪੜ੍ਹਨ ਨੂੰ ਮਿਲਦੀਆਂ ਨੇ, ਸਿੱਖਣ ਨੂੰ ਮਿਲਦੀਆਂ ਨੇ। ਅਤੇ ਇੱਕ ਬੁੱਕ ਸਰਕਾਰ ਜੀ ਦੀ ਹੈ ਅਲਗੁਨੀਆ ਤੋਂ ਤਾਲਿਬੀਨ। ਅਲਗੁਨੀਆ ਤੋਂ ਤਾਲਿਬੀਨ ਦੇ ਵਿੱਚ ਸਰਕਾਰ ਜੀ ਨੇ ਬਹੁਤ ਸਾਰਾ ਜਿਹੜਾ ਡਾਟਾ ਉਹ ਸਾਡੇ ਲਈ ਰੱਖਿਆ ਆ, ਉਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਕਿਹੜਾ ਇਲਮ ਕਿੱਥੇ ਵਰਤ ਸਕਦੇ ਹਾਂ, ਕਿਹੜਾ ਇਲਮ ਸਿੱਖਣਾ ਚਾਹੀਦਾ, ਇਲਮ ਕਿਹੜੇ ਕਿਹੜੇ ਨੇ, ਅਤੇ ਆਪਾਂ ਨੂੰ ਪੰਜ ਵਕਤ ਕਿਹੜੀ ਕਿਹੜੀ ਨਮਾਜ਼ ਕਿੱਦਾਂ ਕਿੱਦਾਂ ਕਰਨੀ, ਕੀ ਕਰਨਾ, ਕਿਹੜੀਆਂ ਚੀਜ਼ਾਂ ਫਰਜ਼ ਹੈ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ, ਕਿਹੜੀਆਂ ਚੀਜ਼ਾਂ ਕਰਨੀਆਂ ਨੇ, ਅਤੇ ਬਿਮਾਰੀ ਵੇਲੇ ਕਿਹੜਾ ਜ਼ਿਕਰ ਕਰਨਾ, ਬਿਮਾਰੀ ਸਫ਼ਰ ਵੇਲੇ ਕੀ ਕਰਨਾ, ਹਰ ਇੱਕ ਗੱਲ ਦੇ ਬਾਰੇ ਉਹਨਾਂ ਨੇ ਗਿਆਨ ਦਿੱਤਾ ਹੈ। ਉਹਨੂੰ ਆਪਾਂ ਹੌਲੀ ਹੌਲੀ ਜਦੋਂ ਪੜ੍ਹਾਂਗੇ, ਪੜ੍ਹ ਕੇ ਉਹ ਸਮਝਾਂਗੇ, ਅਤੇ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸੁਖਾਲਾ ਕੰਮ ਜਿਹੜਾ ਸਾਡਾ ਹੋ ਜਾਂਦਾ। ਕਈ ਵਾਰੀ ਸੁਣ ਕੇ ਸਾਨੂੰ ਨਹੀਂ ਪਤਾ ਲੱਗਦਾ, ਜਦੋਂ ਆਪਾਂ ਪੜ੍ਹਦੇ ਹਾਂ, ਇੱਕ ਵਾਰੀ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ, ਸਾਨੂੰ ਸਮਝ ਲੱਗਦੀ। ਅਤੇ ਉਸ ਤੋਂ ਬਾਅਦ ਵਿੱਚ ਜਿੱਦਾਂ ਆਪਾਂ ਇਹ ਕਿਤਾਬਾਂ ਜਿਹੜੀਆਂ ਆਪਾਂ ਨੈੱਟ ਤੋਂ ਲੈ ਸਕਦੇ ਹਾਂ, ਔਨਲਾਈਨ ਮਿਲ ਜਾਂਦੀਆਂ ਅੱਜ ਕੱਲ੍ਹ ਸਾਰੀਆਂ, ਜਾਂ ਕਿਸੇ ਕੋਈ ਵੱਡੀ ਕੋਈ ਪੁਰਾਣੀ ਕੋਈ ਬੁੱਕ ਸ਼ਾਪ ਹੋਵੇ ਉੱਥੋਂ ਮਿਲ ਸਕਦੀਆਂ। ਅਤੇ ਗੌਂਸ ਪਸਕਾਰ ਜੀ ਦੀ ਵੈਸੇ 7 ਕਿਤਾਬਾਂ ਨੇ, ਅਲ ਗੁਨੀਆ ਤਾਲਿਬੀਨ ਅਤੇ ਫਤ ਉਲ ਗੈਬ, ਇਹ ਦੋ ਕਿਤਾਬਾਂ ਜਿਹੜੀਆਂ ਨੇ, ਇਹਨਾਂ ਵਿੱਚ ਸਰਕਾਰ ਜੀ ਨੇ ਬਹੁਤ ਹੀ ਰੂਹਾਨੀਅਤ ਦੀਆਂ ਗੱਲਾਂ ਸਾਡੇ ਲਈ ਸਾਂਝੀਆਂ ਕੀਤੀਆਂ ਨੇ। ਅਗਰ ਅਸੀਂ ਪੜ੍ਹੀਏ ਤਾਂ ਅਸੀਂ ਕਾਫੀ ਸਰਕਾਰ ਜੀ ਦਾ ਫੈਸ ਜਿਹੜਾ ਇਸ ਕਿਤਾਬਾਂ ਵਿੱਚ ਸਿੱਖ ਸਕਦੇ ਹਾਂ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।